ਇਲੈਕਸ਼ਨ ਤੋਂ ਬਾਅਦ ਥੱਕੇ ਹਾਰੇ ਜੇ ਲੋਕ ਪਹਾੜਾਂ ਨੂੰ ਚੜ੍ਹ ਜਾਂਦੇ ਆ ਅਤੇ ਤੁਸੀਂ ਫਿਰ ਧੁੱਪ ਦੇ ਵਿੱਚ ਆ ਗਏ, ਹੁਣ ਤਾਂ ਲੋਕ ਵੈਸੇ ਬਾਹਰ ਨਹੀਂ ਨਿਕਲਦੇ ਗਰਮੀ 'ਚ। ਜੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ, ਤਾਂ ਸਾਨੂੰ ਪਿਤਾ ਨੂੰ ਪਵਿੱਤਰ ਰੱਖਣ ਲਈ, ਪਿਤਾ ਨੂੰ ਸਾਫ਼ ਰੱਖਣ ਲਈ ਜੂਝਣਾ ਪੈ ਰਿਹਾ। ਦੋ ਹੀ ਗੱਲਾਂ ਨੇ ਬਾਈ ਜੀ, ਜਾਂ ਤਾਂ ਸਿਆਸਤਦਾਨ ਇੰਡਸਟਰੀ ਨਾਲ ਖੜ੍ਹੇ ਆ, ਜਾਂ ਲੋਕਾਂ ਨਾਲ ਖੜ੍ਹਨਾ। ਉਹੀ ਇੰਡਸਟਰੀ ਜਿਹੜੀ ਇੰਡਸਟਰੀ ਨੇ ਰੋਜ਼ਗਾਰ ਦੇਣਾ ਸਾਡੇ ਬੱਚਿਆਂ ਨੂੰ, ਨੌਕਰੀਆਂ ਦੇਣੀਆਂ, ਉਹ ਇੰਡਸਟਰੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਨਸਲਕੁਸ਼ੀ ਕਰ ਰਹੀ ਆ। ਜਿਹੜੇ ਮਰਦੇ ਬਾਈ, ਉਹਨਾਂ ਨੂੰ ਤਾਂ ਆਪਣੇ ਆਪ ਭੱਜ ਕੇ ਆਉਣਾ ਚਾਹੀਦਾ, ਜਿਨ੍ਹਾਂ ਤੋਂ ਇਹ ਪਾਣੀ ਦੇ ਘੁੱਟ ਭਰੇ ਨਹੀਂ ਜਾਂਦੇ, ਉਹ ਤਾਂ ਆਪ ਮੁਹਾਰੇ ਇੱਥੇ ਆ ਜਾਂਦੇ। ਜਿਹੜੀ ਸਰਕਾਰ ਦੇ ਵਿੱਚ ਸੀਚੇਵਾਲ ਵਰਗੇ ਰਾਜ ਸਭਾ ਮੈਂਬਰ ਹੋਣ, ਜਿਨ੍ਹਾਂ ਨੇ ਬੇਈ ਨਦੀ ਨੂੰ ਸਾਫ਼ ਕਰਤਾ ਹੋਵੇ, ਜਿੱਥੇ ਉਹ ਹੋਣ ਉਹਨਾਂ ਦੇ ਸਾਹਮਣੇ ਹੋਰ ਕਿਸੇ ਦੀ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਕਿ ਸਵਾਲ ਖੜ੍ਹੇ ਕਰਨ। ਸੀਚੇਵਾਲ ਹੋ ਰਹੀ, ਇਸ ਦਾ ਹੱਲ ਵਧੀਆ ਕੱਢ ਸਕਦੇ? ਕਰਦੇ ਨਹੀਂ ਨਾ, ਫਿਰ ਰੌਲਾ ਤਾਂ ਇਹੀ ਆ। ਜਦੋਂ ਬੰਦਾ ਮਰਦ ਕਾਹਦਾ ਜਿਹੜਾ ਕੁਰਸੀ ਦੇ ਬਹਿ ਕੇ ਕੁਰਸੀ ਵਰਗਾ ਹੀ ਬਣ ਜੇ। ਮਰਦ ਉਹ ਆ ਜਿਹੜਾ ਕੁਰਸੀ ਦੀਆਂ ਰਾਹ ਰੀਤਾਂ ਬਦਲ ਦੇਵੇ, ਕੁਰਸੀ 'ਤੇ ਬੈਠ ਕੇ ਕੁਰਸੀ ਦਾ ਸਿਸਟਮ ਬਦਲ ਦੇਵੇ। ਇਹ ਤਾਂ ਕੁਰਸੀ ਵਰਗੇ ਹੋ ਜਾਂਦੇ ਆ। ਦੱਸ ਦਿਓ ਹੁਣ ਬਾਬਾ ਜੀ, ਦੱਸ ਦਿਓ ਕਿਤੇ ਪਾਣੀ ਦੇ ਵਿੱਚ ਬੜੇ ਦਿਖਾਈ ਦਿੱਤੇ ਆ ਕਿਤੇ? ਹੁਣ ਦੱਸ ਦਿਓ ਕਿਤੇ ਬਾਬਾ ਜੀ ਬੇਈ ਨਦੀ 'ਚ ਬੜੇ ਦਿਖਾਈ ਦਿੱਤੇ ਆ? ਰੌਲਾ ਤਾਂ ਤਰਾਸ ਦੀ ਤਾਂ ਇਹੀ ਆ ਕਿ ਜਿਨ੍ਹਾਂ ਨੂੰ ਅਸੀਂ ਚੁਣ ਲੈਂਦੇ ਹਾਂ। ਜਦੋਂ ਪਿਛਲੀ ਸਰਕਾਰ ਕਾਂਗਰਸ ਦੀ ਸੀ, ਉਦੋਂ ਭਗਵੰਤ ਮਾਨ ਕਹਿੰਦਾ ਸੀ ਕਿ ਇਹੋ ਜਿਹਾ ਬਣਾ ਦਾਂਗੇ, ਪਾਣੀ 'ਚ ਇਸ਼ਨਾਨ ਕਰਿਆ ਕਰਾਂਗੇ, ਪਾਣੀ ਪੀਆ ਕਰਾਂਗੇ। ਆਓ ਜੀ, ਕਰੋ ਇਸ਼ਨਾਨ ਭਗਵੰਤ ਮਾਨ ਜੀ, ਆ ਜਾਓ। ਵਚਨ ਪੂਰੇ ਕਰਨ ਦਾ ਸਮਾਂ ਆ ਗਿਆ ਤੁਹਾਡੇ ਕੋਲ, ਕਰੋ ਪੂਰੇ। 15 ਅਗਸਤ ਨੂੰ ਅਸੀਂ ਉਹ ਦਮਕ ਜੇ ਮਾਰਨਗੀਆਂ ਸਰਕਾਰਾਂ ਕਿ ਸਾਡਾ ਮੁਲਕ ਖੁਸ਼ਹਾਲ ਆ, ਉਹ ਝਾਕੀਆਂ ਦਿਖਾਉਣਗੇ, ਅਸੀਂ ਆਹ ਝਾਕੀਆਂ ਦਿਖਾਵਾਂਗੇ। ਉਹਦੇ 'ਚ ਆਹ ਪਾਣੀ ਭਰ ਕੇ ਡਰਾਮਾ ਟਰਾਂਸਪੇਰੈਂਟ ਬੋਤਲਾਂ ਡਰੰਮਾਂ ਦੇ ਵਿੱਚ ਰੱਖਾਂਗੇ ਗੱਡੀਆਂ, ਅਤੇ ਅਸੀਂ ਇਹਦੀਆਂ ਝਾਕੀਆਂ ਦਿਖਾਵਾਂਗੇ ਕਿ ਅਸੀਂ ਇਸ ਅੱਤਵਾਦ ਨਾਲ, ਇਸ ਬਿਮਾਰੀ ਨਾਲ ਪੀੜਿਤ ਹਾਂ, ਅਸੀਂ ਖੁਸ਼ਹਾਲ ਨਹੀਂ ਹੈਗੇ। ਅਤੇ ਜੇ ਫਿਰ ਵੀ ਕੰਨਾਂ 'ਤੇ ਜੂਨਾ ਸਰ ਕੇ, ਅਸੀਂ 15 ਸਤੰਬਰ ਦਾ ਪ੍ਰੋਗਰਾਮ ਰੱਖਿਆ ਹੈ ਕਿ 15 ਸਤੰਬਰ ਨੂੰ ਅਸੀਂ ਜਿੱਥੋਂ ਇਹ ਬੁੱਢਾ ਨਾਲਾ ਲੜਦਾ ਹੈ ਨਾ, ਤੁਰਦਾ ਹੈ ਨਾ, ਉੱਥੇ ਬੰਨ ਮਾਰਾਂਗੇ ਸਾਰੇ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਚਿੰਤਤ ਲੋਕਾਂ ਨੂੰ ਨਾਲ ਲੈ ਕੇ, ਉਹਨਾਂ ਨੂੰ ਅਹਿਸਾਸ ਕਰਾਵਾਂਗੇ ਕਿ ਸਿਰਫ ਇਹ ਤਾਂ ਪੀ ਰਹੇ ਆ ਲੋਕ ਪਾਣੀ, ਤੁਸੀਂ ਤਾਂ ਸਿਰਫ ਸੁੰਘਣਾ ਹੀ ਹੈ ਇੱਕ ਦਿਨ ਵਾਸਤੇ, ਜਦੋਂ ਤੁਹਾਡੇ ਬੂਹੇ ਦੇ ਵਿੱਚ ਜਾ ਕੇ ਅਸੀਂ ਕੈਂਟ ਢਹਿ ਢੇਰੀ ਕਰਦਾ। ਮਨ 'ਚ ਰੋਸ ਨਹੀਂ ਉੱਠਦਾ ਵੀ ਜਿਹੜੇ ਲੋਕਾਂ ਦੇ ਵੀ ਲਈ ਇੰਨਾ ਅਸੀਂ ਯਤਨਸ਼ੀਲ ਰਹੇ, ਘੁੰਮੇ ਫਿਰੇ, ਲੋਕਾਂ ਨੂੰ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਫਿਰ ਉਹੀ ਇੱਕ ਬੰਦਾ ਜਿਤਾ ਕੇ ਭੇਜ ਤਾ, ਇੱਕ ਮੰਤਰੀ ਬਣ ਗਿਆ, ਅਸੀਂ ਫਿਰ ਮੁੱਦੇ ਚੱਕਣ ਜੋਗੇ ਰਹਿ ਗਏ। ਮੁੱਦੇ ਚੱਕਣੇ ਕਿਹੜਾ ਹਰੇਕ ਦੇ ਹਿੱਸੇ ਆਉਂਦੇ ਆ, ਮੁੱਦਿਆਂ ਦੀ ਲੜਾਈ ਹਰੇਕ ਥੋੜ੍ਹੀ ਲੜ ਸਕਦਾ। ਏਸੀਆ 'ਚ ਤਾਂ ਹਰੇਕ ਬੈਠ ਸਕਦਾ, ਆਰਾਮ ਹਰੇਕ ਕਰ ਸਕਦਾ, ਐਸ਼ ਪ੍ਰਸਤੀ ਜ਼ਿੰਦਗੀ ਹਰੇਕ ਜਿਉਂ ਸਕਦਾ, ਪਰ ਮੁੱਦੇ ਹਰੇਕ ਦੇ ਹਿੱਸੇ ਥੋੜ੍ਹੀ ਆਉਂਦੇ ਆ। ਮੁੱਦਿਆਂ ਦੀ ਲੜਾਈ, ਲੋਕਾਂ ਦੀ ਲੜਾਈ, ਧੁੱਪੇ ਮੱਚਣਾ ਹਰੇਕ ਦੇ ਹਿੱਸੇ ਥੋੜ੍ਹੀ ਆਉਂਦਾ। ਅਸੀਂ ਕਹਿੰਦੇ ਹਾਂ ਅਸੀਂ ਸਾਡੇ ਭਾਗ ਚੰਗੇ ਆ ਕਿ ਸਾਨੂੰ ਇਸ ਸੇਵਾ ਨਾਲ ਜੁੜਨ ਦਾ ਮੌਕਾ ਦਿੱਤਾ ਪਾਤਸ਼ਾਹ ਨੇ, ਅਸੀਂ ਇਹ ਸੇਵਾ ਨੇਪਰੇ ਚਾੜਾਂਗੇ ਪਾਤਸ਼ਾਹ ਦੇ ਆਸ਼ੀਰਵਾਦ ਦੇ। ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਬਹੁਤ ਸਾਰੇ ਉਹ ਲੀਡਰ ਜੋ ਅਪੀਅਰ ਹੁੰਦੇ ਆ ਇਹਨਾਂ ਇਲੈਕਸ਼ਨ ਦੇ ਵਿੱਚ, ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗ ਗਏ, ਜਾਂ ਕੁਝ ਹਾਰੇ ਹੋਏ ਸ਼ਾਇਦ ਪਹਾੜਾਂ 'ਤੇ ਲੰਘੇ ਹੋਣਗੇ ਘੁੰਮਣ, ਪਰ ਪੰਜਾਬ ਦੇ ਬਹੁਤ ਸਾਰੇ ਉਹ ਲੀਡਰ ਜੋ ਚੋਣਾਂ ਦੇ ਵਿੱਚ ਖੜ੍ਹੇ ਸੀ, ਜਾਂ ਆਪਣੇ ਆਪ ਨੂੰ ਪੰਜਾਬ ਦੇ ਚਿੰਤਤ ਮੰਨਣ ਵਾਲੇ ਕੁਝ ਲੋਕ ਲੁਧਿਆਣਾ ਦੇ ਵਿੱਚ ਉਸ ਥਾਂ ਦੇ ਉੱਤੇ ਆ ਕੇ ਖੜ੍ਹੇ ਜਿੱਥੇ ਬੁੱਢਾ ਦਰਿਆ ਸਤਲੁਜ ਦੇ ਵਿੱਚ ਮਿਲਦਾ। ਸੋ ਉਹਨਾਂ ਦੇ ਵਿੱਚੋਂ ਇੱਕ ਸਾਡੇ ਨਾਲ ਬਈ ਬਰਾੜ ਹੈ, ਗੱਲਬਾਤ ਕਰਦੇ ਹਾਂ। ਬਾਈ ਜੀ, ਕਿਵੇਂ ਦੇਖਦੇ ਹੋ ਇਲੈਕਸ਼ਨ ਤੋਂ ਬਾਅਦ ਥੱਕੇ ਹਾਰੇ ਜੇ ਲੋਕ ਪਹਾੜਾਂ ਨੂੰ ਚੜ੍ਹ ਜਾਂਦੇ ਆ, ਅਤੇ ਤੁਸੀਂ ਫਿਰ ਧੁੱਪ ਦੇ ਵਿੱਚ ਆ ਗਏ, ਹੁਣ ਤਾਂ ਲੋਕ ਵੈਸੇ ਬਾਹਰ ਨਹੀਂ ਨਿਕਲਦੇ ਗਰਮੀ 'ਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਤਾਂ ਜ਼ਿੰਮੇਵਾਰੀ ਹੈ ਨਾ, ਫਿਰ ਆਪਣਾ ਫਰਜ਼ ਹੈ। 42,500 ਬੰਦੇ ਨੇ ਆਪਣਾ ਸਾਥ ਦਿੱਤਾ ਹੈ, ਅਤੇ ਆਪਣਾ ਵੀ ਫਰਜ਼ ਬਣਦਾ ਉਹਨਾਂ ਦਾ ਸਾਥ ਦੇਣ ਦਾ। ਜ਼ਰੂਰੀ ਨਹੀਂ ਕਿ ਆਪਾਂ ਉੱਥੇ ਪਹੁੰਚ ਕੇ ਹੀ ਸਾਥ ਦੇਣਾ ਸੀ ਪਾਰਲੀਮੈਂਟ 'ਚ। ਸੜਕ ਵੀ ਇਹ ਆਪਣੇ ਵਾਸਤੇ ਹੀ ਆ, ਧਰਨੇ ਮੁਜ਼ਾਰੇ ਕਰਦੇ ਹੀ ਆਏ, ਹੁਣ ਤੱਕ ਤਾਂ ਰਹੇ ਆਪਾਂ ਧਰਨੇ ਮੁਜ਼ਾਰਿਆਂ 'ਚ, ਅਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ। ਕਿਉਂਕਿ ਗੁਰਬਾਣੀ ਅਸੀਂ ਪੜ੍ਹਦੇ ਹਾਂ, ਅਮਲ ਨਹੀਂ ਨਾ ਕਰਦੇ, ਅਮਲੀ ਜਾਮਾ ਵੀ ਪਹਿਨਾਉਣਾ ਅਸੀਂ। ਜੇ
ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ, ਤਾਂ ਸਾਨੂੰ ਪਿਤਾ ਨੂੰ ਪਵਿੱਤਰ ਰੱਖਣ ਲਈ, ਪਿਤਾ ਨੂੰ ਸਾਫ਼ ਰੱਖਣ ਲਈ ਜੂਝਣਾ ਪੈ ਰਿਹਾ। ਮਾਲਵਾ ਸਾਰਾ ਇਸ ਪਾਣੀ ਦੀ ਵਜ੍ਹਾ ਨਾਲ ਬਿਮਾਰੀਆਂ ਨਾਲ ਜੂਝ ਰਿਹਾ। ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ, ਜਿਹੜੇ ਬੱਚੇ ਪੈਦਾ ਹੋ ਰਹੇ ਆ, ਕਦੇ ਪਹਿਲਾਂ ਲੱਖ ਬੰਦੇ ਪਿੱਛੇ ਇੱਕ ਨੂੰ ਪ੍ਰੋਬਲਮ ਸੀ, ਫਿਰ ਹਜ਼ਾਰ ਪਿੱਛੇ ਆ ਗਈ, ਹੁਣ 100 ਪਿੱਛੇ ਆ ਗਈ, ਅਤੇ ਹੁਣ ਇਹਦੂ ਘੱਟ ਕੇ ਮਿਲਾਂ ਦਾ 10 ਪਿੱਛੇ ਇੱਕ ਨੂੰ ਬਿਮਾਰੀ ਲੱਗ ਜੂਗੀ। ਤਾਂ ਇਹ ਜ਼ਿੰਮੇਵਾਰੀ ਕਿਹਦੀ ਆ? ਅਸੀਂ ਜਗਾਉਣ ਆਏ ਹਾਂ। ਅਸੀਂ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਵੱਡੇ ਪ੍ਰੋਗਰਾਮ ਉਲੀਕਾਂਗੇ। ਸਾਡੇ ਜਿਹੜੇ ਪੰਜਾਬ ਪ੍ਰਤੀ ਫਿਕਰਮੰਦ ਚਿੰਤਤ ਸਾਥੀ ਨੇ, ਉਹਨਾਂ ਨੂੰ ਨਾਲ ਲੈ ਕੇ ਹਰੇਕ ਧਿਰ, ਚਾਹੇ ਉਹ ਕੋਈ ਵੀ ਹੋਵੇ, ਜਿਹੜੀ ਪੰਜਾਬ ਲਈ ਲੜਨਾ ਜਾਣਦੀ ਆ, ਲੜਨਾ ਚਾਹੁੰਦੀ ਆ। ਆਹ ਪਾਣੀ ਜਿਹੜਾ ਖੜ੍ਹਾ ਹੈ ਨਾ, ਗੰਦਾ ਪਾਣੀ, ਕਾਲਾ ਪਾਣੀ, ਆ ਤੁਸੀਂ ਦੇਖ ਰਹੇ ਹੋ, ਬੁੱਢੇ ਨਾਲੇ ਦਾ ਪਾਣੀ ਜਿਹੜਾ ਸਤਲੁਜ ਦਰਿਆ 'ਚ ਮਲਾ ਰਹੇ ਆ, ਜਿਹਦੇ 'ਤੇ ਕਿਸੇ ਵੀ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਕਿ ਉਹ ਇੰਡਸਟਰੀ ਨੂੰ ਸੇਧ ਦੇ ਸਕੇ ਜਾਂ ਇੰਡਸਟਰੀ ਦੇ ਗਲ 'ਚ ਗੂਠਾ ਦੇਵੇ। ਭਾਈ, ਆਹ ਜਿਹੜੇ ਨਿਯਮ ਆ ਪੂਰੇ ਕਰੋ, ਨਿਯਮ ਪੈਸੇ ਲੈ ਕੇ ਪੂਰੇ ਕਰ ਦਿੱਤੇ ਜਾਂਦੇ ਆ। ਦੋ ਹੀ ਗੱਲਾਂ ਨੇ ਬਾਈ ਜੀ, ਜਾਂ ਤਾਂ ਸਿਆਸਤਦਾਨ ਇੰਡਸਟਰੀ ਨਾਲ ਖੜ੍ਹੇ ਆ, ਜਾਂ ਲੋਕਾਂ ਨਾਲ ਖੜ੍ਹਨ। ਅੱਜ ਲੋਕਾਂ ਨਾਲ ਖੜ੍ਹਨ ਦੀ ਲੋੜ ਆ, ਇੰਡਸਟਰੀ ਨੂੰ ਬਚਾ ਲਓ, ਸਾਨੂੰ ਕੋਈ ਇਤਰਾਜ਼ ਨਹੀਂ, ਇੰਡਸਟਰੀ ਮਾਪਦੰਡ ਪੂਰੇ ਕਰੇ। ਉਹੀ ਇੰਡਸਟਰੀ ਜਿਹੜੀ ਇੰਡਸਟਰੀ ਨੇ ਰੋਜ਼ਗਾਰ ਦੇਣਾ ਸਾਡੇ ਬੱਚਿਆਂ ਨੂੰ, ਨੌਕਰੀਆਂ ਦੇਣੀਆਂ, ਉਹ ਇੰਡਸਟਰੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਨਸਲਕੁਸ਼ੀ ਕਰ ਰਹੀ ਆ। ਇੱਕ ਕਾਲੇ ਰੰਗ ਦਾ ਆਹ ਪਾਣੀ ਨਾਲ ਦਾ ਅੱਤਵਾਦ ਫੈਲਾਇਆ ਜਾ ਰਿਹਾ ਹੈ, ਇਹਦੀ ਜ਼ਿੰਮੇਵਾਰੀ ਕਿਹਦੀ ਆ? ਅਸੀਂ ਇੱਥੋਂ ਕੈਂਟਰ ਭਰ ਭਰ ਕੇ, ਜੇ ਅੱਜ ਅਸੀਂ 3 ਮਹੀਨੇ ਦਾ ਐਕਸ਼ਨ ਪਲਾਨ ਦਿੱਤਾ ਹੈ, 15 ਅਗਸਤ ਨੂੰ ਅਸੀਂ ਉਹ ਧਮਕ ਜੇ ਮਾਰਨਗੀਆਂ ਸਰਕਾਰਾਂ ਕਿ ਸਾਡਾ ਮੁਲਕ ਖੁਸ਼ਹਾਲ ਆ, ਉਹ ਝਾਕੀਆਂ ਦਿਖਾਉਣਗੇ, ਅਸੀਂ ਆਹ ਝਾਕੀਆਂ ਦਿਖਾਵਾਂਗੇ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸਰੂਪ ਲੱਗਿਆ ਹੋਇਆ ਭਾਈ ਬਾਲਾ ਚੌਂਕ ਦੇ ਵਿੱਚ, ਉੱਥੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦੇ ਸਰੂਪ ਲੱਗੇ ਜਗਰਾਉਂਪੁਰ 'ਤੇ, ਉੱਥੋਂ ਤੱਕ ਅਸੀਂ ਮਾਰਚ ਕਰਾਂਗੇ। ਔਰ ਉਹਦੇ 'ਚ ਆਹ ਪਾਣੀ ਭਰ ਕੇ ਡਰਾਮਾ ਟਰਾਂਸਪੇਰੈਂਟ ਬੋਤਲਾਂ ਡਰਮਾਂ ਦੇ ਵਿੱਚ ਰੱਖਾਂਗੇ ਗੱਡੀਆਂ, ਅਤੇ ਅਸੀਂ ਇਹਦੀਆਂ ਝਾਕੀਆਂ ਦਿਖਾਵਾਂਗੇ ਕਿ ਅਸੀਂ ਇਸ ਅੱਤਵਾਦ ਨਾਲ, ਇਸ ਬਿਮਾਰੀ ਨਾਲ ਪੀੜਿਤ ਹਾਂ, ਅਸੀਂ ਖੁਸ਼ਹਾਲ ਨਹੀਂ ਹੈਗੇ। ਅਤੇ ਜੇ ਫਿਰ ਵੀ ਕੰਨਾਂ 'ਤੇ ਜੂਨਾ ਸਰਕੇ, ਅਸੀਂ 15 ਸਤੰਬਰ ਦਾ ਪ੍ਰੋਗਰਾਮ ਰੱਖਿਆ ਹੈ ਕਿ 15 ਸਤੰਬਰ ਨੂੰ ਅਸੀਂ ਜਿੱਥੋਂ ਇਹ ਬੁੱਢਾ ਨਾਲਾ ਰਲਦਾ ਹੈ ਨਾ, ਤੁਰਦਾ ਹੈ ਨਾ, ਉੱਥੇ ਬੰਨ ਮਾਰਾਂਗੇ ਸਾਰੇ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਚਿੰਤਤ ਲੋਕਾਂ ਨੂੰ ਨਾਲ ਲੈ ਕੇ, ਪੰਜਾਬ ਪ੍ਰਤੀ ਫਿਕਰਮੰਦ ਲੋਕਾਂ ਨੂੰ ਇਕੱਠੇ ਕਰਕੇ, ਲਾਮਬੰਦੀ ਕਰਕੇ। ਔਰ ਉਹ ਤੋਂ ਬਿਨਾਂ ਇਹਦੇ ਕੈਂਟਰ ਭਰ ਭਰ ਕੇ ਅਸੀਂ ਇਹ ਜਿਹੜੀ ਚੀਜ਼ ਨਾਲ ਮਾਲਵਾ ਜੂਝ ਰਿਹਾ ਨਾ, ਉਹ ਚੀਜ਼ ਨਾਲ ਅਸੀਂ ਇਹਨਾਂ ਚੁਣੇ ਹੋਏ ਲੋਕਾਂ ਨੂੰ ਜੋੜਾਂਗੇ, ਉਹਨਾਂ ਨੂੰ ਅਹਿਸਾਸ ਕਰਾਵਾਂਗੇ ਕਿ ਸਿਰਫ ਇਹ ਤਾਂ ਪੀ ਰਹੇ ਆ ਲੋਕ ਪਾਣੀ, ਤੁਸੀਂ ਤਾਂ ਸਿਰਫ ਸੁੰਘਣਾ ਹੀ ਹੈ ਇੱਕ ਦਿਨ ਵਾਸਤੇ, ਜਦੋਂ ਤੁਹਾਡੇ ਬੂਹੇ ਦੇ ਵਿੱਚ ਜਾ ਕੇ ਅਸੀਂ ਕੈਂਟਰ ਢਹਿ ਢੇਰੀ ਕਰਤਾ। ਅਤੇ ਇਹ ਅਸੀਂ ਕਈ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਆ, ਕੋਈ ਗੱਲ ਨਹੀਂ, ਜੋ ਮਰਜ਼ੀ ਸਰਕਾਰ ਕਰੇ, ਪਰ ਅਸੀਂ ਤਾਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਇਹ ਕੰਮ ਕਰਨ ਹੀ ਨਾ ਦੇਵੇ, ਸਰਕਾਰ ਪਹਿਲਾਂ ਹੀ ਇਹਦੇ 'ਤੇ ਐਕਸ਼ਨ ਲੈ ਲਵੇ। ਬਹੁਤ ਸਾਰੇ ਲੋਕ ਇੱਥੇ ਪਹਿਲਾਂ ਆ ਜਾਂਦੇ ਆ ਇਲੈਕਸ਼ਨ ਤੋਂ, ਪਰ ਜਿੱਤ ਕੇ ਕੋਈ ਨਹੀਂ ਆਉਂਦਾ ਇੱਥੇ। ਇਹ ਸਿਰਫ ਰਾਜਨੀਤੀ ਦਾ ਮੁੱਦਾ ਵੀ ਜਦੋਂ ਵੀ ਰਾਜਨੀਤੀ ਕਰਨੀ ਹੋਵੇ ਤਾਂ ਇਸ ਦਰਿਆ 'ਤੇ ਆ ਕੇ ਖੜ੍ਹ ਜਾਓ, ਅਤੇ ਮੁੜ ਕੇ ਜਦੋਂ ਵੋਟਾਂ ਪੈ ਜਾਣ ਤਾਂ ਫਿਰ ਕੋਈ ਆ ਕੇ ਇੱਥੇ ਸ਼ਕਲ ਹੀ ਦਿਖਾਉਂਦਾ। ਫਿਰ ਲੋਕ ਸੋਚਣ, ਇਹ ਗੱਲ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਅਸੀਂ ਇੱਕ ਚੋਣ ਨਿਸ਼ਾਨ ਨਾਲ ਹੀ ਬੱਜ ਕੇ ਤੁਰੇ ਜਾਣਾ। ਅਸੀਂ ਉਹਨਾਂ ਨੂੰ ਕਦੋਂ ਅੱਗੇ ਲੈ ਕੇ ਆਵਾਂਗੇ ਜਿਹੜੇ ਪੰਜਾਬ ਦੀ ਲੜਾਈ ਲੜਨ ਵਾਲੇ ਲੋਕ ਨੇ? ਤੁਸੀਂ ਗੱਲ ਕੀਤੀ, ਅਸੀਂ ਕਈ ਬੰਦੇ ਇੱਥੇ ਖੜ੍ਹੇ ਹੈ, ਇਲੈਕਸ਼ਨ ਹਾਰ ਕੇ ਆਏ ਹਾਂ ਇੱਥੇ। ਉਹ ਸੀ, ਅਸੀਂ ਹਾਰੇ ਉਹ ਥੋੜ੍ਹੀ ਮੰਨਦੇ ਆਪਣੇ ਆਪ ਨੂੰ, ਹਾਰਦਾ ਉਹ ਹੁੰਦਾ ਜਿਹੜਾ ਹੰਭ ਜਾਂਦਾ, ਨਾ ਅਸੀਂ ਹੰਭੇ ਨਾ ਥੱਕੇ ਹਾਂ, ਇਸ ਤਰ੍ਹਾਂ ਫਿਰਦੇ ਹਾਂ। ਹੰਭੇ ਨਹੀਂ ਪਰ ਹੰਬੜੇ ਦੇ ਕੋਲ ਤੁਸੀਂ ਇੱਥੇ ਆ ਕੇ ਖੜ੍ਹ ਗਏ, ਹੰਬੜਾ ਕੋਲ ਖੜ੍ਹ ਗਏ ਆ ਕੇ। ਜ਼ਿੰਮੇਵਾਰੀ ਬਣਦੀ ਆ ਆਪਣੀ, ਇਹ ਡਿਊਟੀ ਆ, ਪਰਮਾਤਮਾ ਵੱਲੋਂ ਸੇਵਾ ਮਿਲੀ ਆ। ਜੇ ਇਹ ਬਹੁਤ ਵੱਡੀ ਸੇਵਾ, ਜੇ ਇਹਨੂੰ ਸਹੀ ਮਾਇਨੇ ਨਾਲ ਸਮਝਿਆ ਜਾਵੇ, ਸੇਵਕ ਕਹੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ, ਹੁਕਮ ਬੁੱਝ ਕੇ ਪਰਮ ਪਦ ਮਿਲ ਜਾਂਦੇ। ਹੁਕਮ ਬੁੱਝ ਲਓ, ਪਾਤਸ਼ਾਹ ਦਾ ਕੀ ਆ? ਪਾਤਸ਼ਾਹ ਦਾ ਹੁਕਮ ਹੈ ਇਹ ਕਿ ਲੋਕਾਈ ਦੀ ਸੇਵਾ ਕਰਨੀ, ਲੋਕਾਂ ਦੀ ਸੇਵਾ ਕਰਨੀ, ਲੋਕਾਂ ਨੂੰ। ਹੁਣ ਜਦੋਂ ਤੁਸੀਂ ਰਾਜਨੀਤਿਕ ਲੋਕਾਂ ਨੂੰ, ਲੋਕ ਵੋਟਾਂ ਕਾਹਦੇ ਲਈ ਪਾਉਂਦੇ ਆ? ਕਿ ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨ। ਜੇ ਉਹ ਸਮੱਸਿਆਵਾਂ ਦਾ ਹੱਲ ਨਹੀਂ ਕਰਨਗੇ, ਫਿਰ ਉਹ ਰਾਜਨੀਤਿਕ ਲੋਕ ਅਹੁਦਿਆਂ ਰੁਤਬਿਆਂ ਦਾ ਫਾਇਦਾ ਕੀ ਆ? ਲੋਕ ਮੰਗਦੇ ਆ ਸਮੱਸਿਆਵਾਂ ਦਾ ਹੱਲ, ਤੁਹਾਨੂੰ ਲੱਗਦਾ ਹੈ
ਇਹ ਇੰਨੇ ਥੋੜ੍ਹੇ ਸਿਰ ਕਿਉਂ ਜੁੜੇ ਫਿਰ ਇੱਥੇ ਜੇ ਸਮੱਸਿਆ ਇੰਨੀ ਵੱਡੀ ਆ, ਲੋਕ ਇੰਨੇ ਘੱਟ ਕਿਉਂ ਆ, ਅਤੇ ਲੋਕ ਉਹਨਾਂ ਨੂੰ ਕਿਉਂ ਜਿਤਾਉਂਦੇ ਆ ਜਿਹੜੇ ਰਸ ਦੀਆਂ ਰੇਹੜੀਆਂ 'ਤੇ ਖੜ੍ਹਦੇ ਆ, ਜਿਹੜੇ ਫਿਰ ਜਾ ਕੇ ਕਿਸੇ ਮੋਚੀ ਦੇ ਕੋਲ ਬਹਿ ਜਾਂਦੇ, ਅਜਿਹੀਆਂ ਚੀਜ਼ਾਂ ਕਰਦੇ? ਲੋਕਾਂ ਦੇ ਤਾਂ ਮੁੱਦੇ ਹੀ ਨਹੀਂ ਇਹ, ਨਾ ਲੋਕ ਇਹਨਾਂ ਮੁੱਦਿਆਂ 'ਤੇ ਆਉਂਦੇ ਇਕੱਠੇ ਹੋਏ ਆ। ਇਹੀ ਤਾਂ ਸੋਚਣਾ ਪੈਣਾ, ਇਹ ਥੋੜ੍ਹੇ ਅਸੀਂ ਸੱਦਾ ਨਹੀਂ ਨਾ ਦਿੱਤਾ ਇਕੱਠ ਦਾ, ਅਸੀਂ ਸਿਰਫ ਉਹ ਚੰਦ ਸਿਰ ਇਕੱਠੇ ਕੀਤੇ ਆ, ਉਹ ਰੂਹਾਂ ਜੋੜੀਆਂ ਨੇ ਜਿਹੜੀਆਂ ਸੱਚੀ ਮੁੱਚੀ ਚਿੰਤਤ ਨੇ, ਇਸ ਮਸਲੇ ਪ੍ਰਤੀ ਫਿਕਰਮੰਦੀ ਰੱਖਦੀਆਂ ਨੇ, ਅਸੀਂ ਉਹ ਜੋੜੇ ਨੇ। ਇਕੱਠ ਤਾਂ ਅਸੀਂ 15 ਅਗਸਤ ਨੂੰ ਕਰਾਂਗੇ ਨਾ, ਉਸ ਤੋਂ ਬਾਅਦ 15 ਸਤੰਬਰ ਨੂੰ ਜਿੱਦਣ ਬੰਨ ਮਾਰਨਾ ਉੱਥੇ ਪੂਰਾ ਪੰਜਾਬ ਇਕੱਠਾ ਕਰਾਂਗੇ। 15 ਅਗਸਤ ਨੂੰ ਤੁਸੀਂ ਦੇਖਿਓ ਸੰਗਤ ਦੀ ਗਿਣਤੀ ਕਿੰਨੀ ਹੋਣੀ ਆ, ਜਿਸ ਦਿਨ ਅਸੀਂ ਮਾਰਚ ਕਰਨਾ। ਹਾਲੇ ਤਾਂ ਅਸੀਂ ਸੱਦਾ ਹੀ ਨਹੀਂ ਦਿੱਤਾ ਕਿਸੇ ਨੂੰ, ਹਾਲੇ ਤਾਂ ਸਿਰਫ ਅਸੀਂ ਇੱਕ ਮੀਟਿੰਗ ਦੀ ਕਾਲ ਹੀ ਕੀਤੀ ਸੀਗੀ, ਇਸ ਕਰਕੇ ਅਸੀਂ ਇਕੱਠੇ ਥੋੜ੍ਹੇ ਤਾਂ ਇਕੱਠੇ ਹੋਏ ਹਾਂ। ਔਰ ਇਹ ਲੋਕਾਂ ਨੂੰ ਫਿਕਰਮੰਦੀ ਚਾਹੀਦੀ ਆ, ਜਿਹੜੇ ਮਰਦੇ ਬਾਈ ਉਹਨਾਂ ਨੂੰ ਤਾਂ ਆਪਣੇ ਆਪ ਭੱਜ ਕੇ ਆਉਣਾ ਚਾਹੀਦਾ, ਜਿਨ੍ਹਾਂ ਤੋਂ ਇਹ ਪਾਣੀ ਦੇ ਘੁੱਟ ਭਰੇ ਨਹੀਂ ਜਾਂਦੇ, ਉਹ ਤਾਂ ਆਪ ਮੁਹਾਰੇ ਇੱਥੇ ਆ ਜਾਂਦੇ। ਅਗਵਾਈ ਕਰਨ ਵਾਲਾ ਵੀ ਕੋਈ ਹੋਵੇ ਨਾ, ਹਜੇ ਕਿਸੇ ਨੂੰ ਪਰੋਂ ਦਿੱਤਾ ਨਹੀਂ, ਆਉਣਗੇ। ਅਗਵਾਈ ਕਰਨ ਵਾਲਾ ਵੀ ਹੈ ਨਹੀਂ ਉਹਨਾਂ ਕੋਲ ਕੋਈ, ਉਹਨਾਂ ਨੂੰ ਜਾਗਰੂਕ ਕਰਨ ਵਾਲਾ, ਲਾਮਬੰਦੀ ਹੁਣ ਜਿਹੜਾ 3 ਮਹੀਨੇ ਦਾ ਸਾਡਾ ਪ੍ਰੋਗਰਾਮ ਹੈ, 3 ਮਹੀਨੇ ਦਿੱਤੇ ਅਸੀਂ ਸਰਕਾਰ ਨੂੰ, ਇਹ ਐਕਸ਼ਨ ਪ੍ਰੋਗਰਾਮ ਹੀ ਦੇਣੇ ਆ ਅਸੀਂ। ਪਿੰਡਾਂ ਜਾਵਾਂਗੇ, ਨਾਲ ਲੱਗਦੇ ਪਿੰਡਾਂ ਜਾਵਾਂਗੇ, ਫਾਜ਼ਿਲਕਾ ਤੱਕ ਲਾਮਬੰਦੀ ਕਰਨੀ ਆ ਅਸੀਂ, ਜਿੱਥੇ ਜਿੱਥੇ ਤੱਕ ਇਹ ਜਾਂਦਾ ਹੈ ਦਰਿਆ ਦਾ ਪਾਣੀ, ਸਤਲੁਜ ਦਾ ਪਾਣੀ ਨਦੀਆਂ ਵਿੱਚ ਦੀ ਹੋ ਕੇ ਹਰੀ ਕੇ ਪੱਤਣ ਤੋਂ ਜਿੱਥੇ ਜਿੱਥੇ ਤੱਕ ਜਾਂਦਾ, ਜਿੱਥੇ ਜਿੱਥੇ ਤੱਕ ਇਹ ਬਿਮਾਰੀ ਫੈਲੀ ਆ, ਉੱਥੋਂ ਤੱਕ ਲੋਕਾਂ ਨੂੰ ਲਾਮਬੰਦੀ ਕਰਕੇ 15 ਅਗਸਤ ਨੂੰ ਅਤੇ 15 ਸਤੰਬਰ ਨੂੰ ਇੱਥੇ ਲੁਧਿਆਣੇ ਦੇ ਵਿੱਚ ਕੱਟ ਕਰਾਂਗੇ ਅਸੀਂ। ਪਰ ਜਿਹੜੇ ਸਰਕਾਰ ਦੇ ਸਮਰਥਕ ਆ, ਤੁਸੀਂ ਸਰਕਾਰ ਦੇ ਉੱਤੇ ਨਿਸ਼ਾਨੇ ਸਾਧ ਰਹੇ ਹੋ, ਉਹ ਕਹਿਣਗੇ ਵੀ ਇਹ ਤਾਂ ਰਾਜਨੀਤੀ ਸਿਰਫ ਕੀਤੀ ਜਾ ਰਹੀ ਹੈ, ਜਿਹੜੀ ਸਰਕਾਰ ਦੇ ਵਿੱਚ ਸੀਚੇਵਾਲ ਵਰਗੇ ਰਾਜ ਸਭਾ ਮੈਂਬਰ ਹੋਣ, ਜਿਨ੍ਹਾਂ ਨੇ ਬੇਈ ਨਦੀ ਨੂੰ ਸਾਫ਼ ਕਰਤਾ ਹੋਵੇ, ਜਿੱਥੇ ਉਹ ਹੋਣ ਉਹਨਾਂ ਦੇ ਸਾਹਮਣੇ ਹੋਰ ਕਿਸੇ ਦੀ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਕਿ ਸਵਾਲ ਖੜ੍ਹੇ ਕਰਨ, ਸੀਚੇਵਾਲ ਹੋ ਰਹੀ, ਇਸ ਦਾ ਹੱਲ ਵਧੀਆ ਕੱਢ ਸਕਦੇ ਸਰ? ਕਰਦੇ ਨਹੀਂ ਨਾ, ਫਿਰ ਰੌਲਾ ਤਾਂ ਇਹੀ ਆ, ਜਦੋਂ ਬੰਦਾ ਮਰਦ ਕਾਹਦਾ ਜਿਹੜਾ ਕੁਰਸੀ 'ਤੇ ਬਹਿ ਕੇ ਕੁਰਸੀ ਵਰਗਾ ਹੀ ਬਣ ਜੇ, ਮਰਦ ਉਹ ਆ ਜਿਹੜਾ ਕੁਰਸੀ ਦੀਆਂ ਰਾਹ ਰੀਤਾਂ ਬਦਲ ਦੇਵੇ, ਕੁਰਸੀ 'ਤੇ ਬੈਠ ਕੇ ਕੁਰਸੀ ਦਾ ਸਿਸਟਮ ਬਦਲ ਦੇਵੇ। ਇਹ ਤਾਂ ਕੁਰਸੀ ਵਰਗੇ ਹੋ ਜਾਂਦੇ ਆ, ਦੱਸ ਦਿਓ ਹੁਣ ਬਾਬਾ ਜੀ, ਦੱਸ ਦਿਓ ਕਿਤੇ ਪਾਣੀ ਦੇ ਵਿੱਚ ਬੜੇ ਦਿਖਾਈ ਦਿੱਤੇ ਆ ਕਿਤੇ, ਹੁਣ ਦੱਸ ਦਿਓ ਕਿਤੇ ਬਾਬਾ ਜੀ ਬੇਈ ਨਦੀ 'ਚ ਬੜੇ ਦਿਖਾਈ ਦਿੱਤੇ ਆ। ਰੌਲਾ ਤਾਂ ਤਰਾਸ ਦੀ ਤਾਂ ਇਹੀ ਆ ਕਿ ਜਿਨ੍ਹਾਂ ਨੂੰ ਅਸੀਂ ਚੁਣ ਲੈਂਦੇ ਹਾਂ, ਉਹ ਚੁਣੇ ਹੋਏ ਲੋਕ ਹੀ ਸਾਡੇ ਮੁੱਦਿਆਂ ਤੋਂ ਮੂੰਹ ਮੁਨਕਰ ਹੋ ਜਾਂਦੇ ਆ, ਮੂੰਹ ਫੇਰ ਲੈਂਦੇ ਆ। ਸੋ ਮੂੰਹ ਨਹੀਂ ਫੇਰਨਾ ਚਾਹੀਦਾ, ਲੋਕ ਵੱਡੇ ਆ ਯਾਰ, ਲੋਕਾਂ ਦਾ ਖਿਆਲ ਕਿਹਨੇ ਰੱਖਣਾ ਹੈ? ਤੁਸੀਂ ਸਰਕਾਰ ਦੀ ਗੱਲ ਕੀਤੀ, ਸਰਕਾਰ ਦੇ ਨੁਮਾਇੰਦਿਆਂ ਦੀ ਗੱਲ ਕੀਤੀ ਹੈ, ਇਹੀ ਸਰਕਾਰ ਦੇ ਨੁਮਾਇੰਦੇ ਸੀ ਜਦੋਂ ਪਿਛਲੀ ਸਰਕਾਰ ਕਾਂਗਰਸ ਦੀ ਸੀ, ਉਦੋਂ ਭਗਵੰਤ ਮਾਨ ਕਹਿੰਦਾ ਸੀ ਕਿ ਇਹੋ ਜਿਹਾ ਬਣਾ ਦਾਂਗੇ, ਪਾਣੀ 'ਚ ਇਸ਼ਨਾਨ ਕਰਿਆ ਕਰਾਂਗੇ, ਪਾਣੀ ਪੀਆ ਕਰਾਂਗੇ। ਆਓ ਜੀ ਕਰੋ ਇਸ਼ਨਾਨ ਭਗਵੰਤ ਮਾਨ ਜੀ, ਆ ਜਾਓ, ਵਚਨ ਪੂਰੇ ਕਰਨ ਦਾ ਸਮਾਂ ਹੈਗਾ ਤੁਹਾਡੇ ਕੋਲ, ਕਰੋ ਪੂਰੇ, ਲੋਕਾਂ ਨਾਲ ਖੜੋ। ਤੁਸੀਂ ਹੁਣ ਦੇਖੇ ਨਤੀਜਾ ਵੇਖ ਲਿਆ ਨਾ, ਤੁਸੀਂ 2.5 ਸਾਲ ਲੋਕਾਂ ਨਾਲ ਨਹੀਂ ਖੜੇ, ਲੋਕਾਂ ਨੇ ਤੁਹਾਨੂੰ 92 ਦੇ ਵਿੱਚੋਂ ਚੰਦ ਵਿਧਾਨ ਸਭਾ 'ਚ ਤੁਸੀਂ ਜੇਤੂ ਹੋਏ ਹੋ, 43 ਵਿਧਾਨ ਸਭਾ ਜਿੱਤੀਆਂ ਤੁਸੀਂ 92 'ਚੋਂ, ਅਤੇ ਹੁਣ ਤੁਸੀਂ ਲੋਕਾਂ ਤੋਂ ਮੂੰਹ ਫੇਰਿਆ ਕਰਕੇ, ਹੁਣ ਲੋਕਾਂ ਨਾਲ ਖੜ੍ਹ ਜਾਓ, ਲੋਕ ਫਿਰ ਤੁਹਾਡੇ ਨਾਲ ਖੜ੍ਹ ਜਾਣਗੇ ਯਾਰ। ਅੱਜ ਸਮਾਂ ਹੈ ਨਾ, ਅੱਜ ਸਮਾਂ ਹੈ ਲੋਕਾਂ ਨਾਲ ਖੜ੍ਹਦਾ, ਔਰ ਇਹ ਸੇਵਾ ਹੈ ਯਾਰ, ਇਹ ਤਾਂ ਬਹੁਤ ਵੱਡੀ ਸੇਵਾ ਹੈ। ਇਹ ਤਾਂ ਅਸੀਂ ਅਸੀਂ ਕਹਿੰਦੇ ਹਾਂ, ਅਸੀਂ ਸਾਡੇ ਭਾਗ ਚੰਗੇ ਆ ਕਿ ਸਾਨੂੰ ਇਸ ਸੇਵਾ ਨਾਲ ਜੁੜਨ ਦਾ ਮੌਕਾ ਦਿੱਤਾ ਪਾਤਸ਼ਾਹ ਨੇ, ਅਸੀਂ ਇਹ ਸੇਵਾ ਨੇਪਰੇ ਚਾੜਾਂਗੇ ਪਾਤਸ਼ਾਹ ਦੇ ਅਸ਼ੀਰਵਾਦ ਦੇ। ਸੇਵਾ ਵਾਲੀ ਗੱਲ ਕਿਤੇ ਰਾਜਨੀਤਿਕਤਾ ਨਹੀਂ, ਕਿਤੇ ਇਹ ਤਾਂ ਨਹੀਂ ਕਿ ਰਾਜਾ ਵੜਿੰਗ ਹੋਰਾਂ ਦਾ ਜਾਂ ਰਵਨੀਤ ਬਿੱਟੂ ਹੋਰਾਂ ਦਾ ਵਿਰੋਧ ਹੈ ਤੁਹਾਨੂੰ ਖਿੱਚ ਲਿਆ ਹੋਵੇ, ਇੱਥੇ ਵਿਰੋਧ ਕਰਨਾ ਹੈ, ਹੁਣ ਮੌਕਾ ਹੈ ਅਤੇ ਆ ਜਾਓ ਬਾਈ। ਰਾਜਾ ਵੜਿੰਗ ਅਤੇ ਬਿੱਟੂ ਤਾਂ ਨਾ ਤਾਂ ਜੀਰੇ ਫੈਕਟਰੀ ਵੇਲੇ ਸੀਗੇ, ਅਸੀਂ ਤਾਂ ਉੱਥੇ ਵੀ ਗਏ। ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਨਾ ਤਾਂ ਲਖੀਮਪੁਰ ਖੀਰੀ ਗਏ, ਕਮਲਜੀਤ ਸਿੰਘ ਤਾਂ ਉੱਥੇ ਵੀ ਗਿਆ ਜਦੋਂ ਭਾਜਪਾ ਵਾਲਿਆਂ ਨੇ ਗੱਡੀਆਂ ਚੜ੍ਹਾਈਆਂ ਕਿਸਾਨਾਂ 'ਤੇ। ਰਾਜਾ ਵੜਿੰਗ ਅਤੇ ਰਵਨੀਤ ਸਿੰਘ ਬਿੱਟੂ ਨਾ ਤਾਂ ਡਿਬਡਵੇ ਪਿੰਡ ਗਏ ਆ, ਨਵਰੀਤ ਸਿੰਘ ਡਿਬਡਵੇ ਦੀ ਅੰਤਮ ਅਰਦਾਸ ਤਾਂ ਉੱਥੇ ਵੀ ਗਏ ਆ, ਉਹ ਦੋਨੇ ਨਾ ਤਾਂ ਕਿਸਾਨ ਅੰਦੋਲਨ 'ਚ ਗਏ, ਕਮਲਜੀਤ ਸਿੰਘ ਤਾਂ ਉੱਥੇ ਵਿੱਚ ਗਿਆ ਹੈ, ਕੋਈ ਵਿਰੋਧ ਵਿਰੋਧ ਵਾਲੀ ਗੱਲ ਨਹੀਂ ਵੀ ਰਿਹਾ। ਅਸੀਂ ਵਿਰੋਧ ਤਾਂ ਵੋਟਾਂ ਤਾਂ 5 ਸਾਲਾਂ ਨੂੰ MP ਦੀਆਂ, ਹੁਣ ਫਿਰ ਇਹ ਤਾਂ ਮਹੀਨੇ ਦੋ ਵੀ ਨਹੀਂ ਹੋਏ, ਮਹੀਨੇ ਮਹੀਨਾ ਹੀ ਹੋਇਆ ਰਿਜ਼ਲਟ ਨੂੰ, 1 ਜੂਨ 4 ਨੂੰ ਰਿਜ਼ਲਟ ਆਇਆ ਅਤੇ ਮਹੀਨਾ ਵੀ ਨਹੀਂ ਹੋਇਆ। ਵਿਰੋਧ ਦੀ ਗੱਲ ਨਹੀਂ, ਅੰਦਰ ਜਿਹੜਾ ਇੱਕ ਦੀਵਾ ਬਲਦਾ ਹੈ ਨਾ,
ਕਿ ਲੋਕਾਂ ਦੀ ਲੜਾਈ ਲੜਨੀ ਆ, ਲੋਕਾਂ ਲਈ ਬਣੇ ਆ ਯਾਰ। ਜੇ ਪਰਮਾਤਮਾ ਨੇ ਇਨਸਾਨੀ ਜਾਮੇ ਦੇ ਵਿੱਚ ਪਹੁੰਚਾਇਆ ਹੈ ਤਾਂ ਇਨਸਾਨਾਂ ਦੀ ਗੱਲ ਵੀ ਤਾਂ ਕਰੀਏ, ਇਨਸਾਨਾਂ ਦੀ ਲੜਾਈ ਵੀ ਤਾਂ ਲੜੀਏ ਨਾ। ਉਹ ਭਾਵਨਾ ਹੈ ਅੰਦਰ, ਕਿਸੇ ਦਾ ਵਿਰੋਧ ਵਿਰੋਧ ਕੋਈ ਨਹੀਂ। ਮਨ 'ਚ ਰੋਸ ਨਹੀਂ ਉੱਠਦਾ ਵੀ ਜਿਹੜੇ ਲੋਕਾਂ ਦੇ ਵੀ ਲਈ ਇੰਨਾ ਅਸੀਂ ਯਤਨਸ਼ੀਲ ਰਹੇ, ਘੁੰਮੇ ਫਿਰੇ, ਲੋਕਾਂ ਨੂੰ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਫਿਰ ਉਹੀ ਇੱਕ ਬੰਦਾ ਜਿਤਾ ਕੇ ਭੇਜ ਤਾ, ਇੱਕ ਮੰਤਰੀ ਬਣ ਗਿਆ, ਅਸੀਂ ਫਿਰ ਮੁੱਦੇ ਚੱਕਣ ਜੋਗੇ ਰਹਿ ਗਏ। ਨਹੀਂ ਨਹੀਂ ਚੱਕਣ ਜੋਗੇ, ਕਿ ਮੁੱਦੇ ਚੱਕਣੇ ਕਿਹੜਾ ਹਰੇਕ ਦੇ ਹਿੱਸੇ ਆਉਂਦੇ ਆ। ਮੁੱਦਿਆਂ ਲੜਾਈ ਹਰੇਕ ਥੋੜ੍ਹੀ ਲੜ ਸਕਦਾ, ਏਸੀਆਂ 'ਚ ਤਾਂ ਹਰੇਕ ਬੈਠ ਸਕਦਾ, ਆਰਾਮ ਹਰੇਕ ਕਰ ਸਕਦਾ, ਐਸ਼ ਪ੍ਰਸਤੀ ਜ਼ਿੰਦਗੀ ਹਰੇਕ ਜਿਉ ਸਕਦਾ, ਪਰ ਮੁੱਦੇ ਹਰੇਕ ਦੇ ਹਿੱਸੇ ਥੋੜ੍ਹੀ ਆਉਂਦੇ ਆ। ਮੁੱਦਿਆਂ ਦੀ ਲੜਾਈ, ਲੋਕਾਂ ਦੀ ਲੜਾਈ, ਧੁੱਪੇ ਮੱਚਣਾ ਹਰੇਕ ਦੇ ਹਿੱਸੇ ਥੋੜ੍ਹੀ ਆਉਂਦਾ। ਇਹ ਵੀ ਤਾਂ ਤਪੱਸਿਆ ਕਰਾਂਗੇ, 42,500 ਉਹ ਲੋਕ ਵੀ ਤਾਂ ਜੁੜੇ ਆ ਨਾ, ਜੇ ਅਸੀਂ ਲੋਕਾਂ 'ਤੇ ਰੋਸ ਕਰੀਏ, ਕੋਈ ਨਹੀਂ, ਹੌਲੀ ਹੌਲੀ ਸਮਝ ਆ ਜੂ ਲੋਕਾਂ ਨੂੰ। ਜਦੋਂ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਅਸਲ ਲੜਾਈ ਲੜਨ ਵਾਲਾ ਕੌਣ ਆ ਲੋਕਾਂ ਦੀ, 42,000 ਬੰਦਾ ਤਾਂ ਵੀ ਉਹ ਵੀ ਤਾਂ ਅਸੀਂ ਨੌਜਵਾਨ ਕੱਢ ਕੇ ਲਏ ਹਾਂ, ਮਾਵਾਂ ਲਿਆਂਦੀਆਂ ਪਿੰਡਾਂ 'ਚੋਂ, ਜਿਨ੍ਹਾਂ ਦੀ ਇੱਕ ਸੋਚ, ਇੱਕ ਵਿਚਾਰ ਨਾਲ ਖੜ੍ਹੇ ਹੋਏ ਆ, ਜਿਨ੍ਹਾਂ ਨੂੰ ਇਹ ਪਤਾ ਸੀ ਕਿ ਇਹ ਨੌਜਵਾਨ ਸਾਡੀ ਗੱਲ ਕਰਦਾ ਹੈ, ਆਮ ਘਰਾਂ ਦਾ ਪੁੱਤ ਅਤੇ ਆਮ ਲੋਕਾਂ ਦੀ ਬਾਤ ਪਾਉਂਦਾ ਹੈ, ਤਾਂ ਉਹ ਵੀ ਤਾਂ ਨਿਕਲ ਕੇ ਆਏ ਆ। ਰੋਸ ਕਿਉਂ? ਖੁਸ਼ੀ ਇਸ ਗੱਲ ਦੀ ਕਿ ਇੱਕ ਵਿਚਾਰ ਨਾਲ ਖੜ੍ਹੇ ਹੋਏ ਲੋਕ ਆ 42,000, ਇੱਕ ਭੀੜ ਨਾਲ ਖੜ੍ਹੇ ਹੋਏ ਲੋਕ ਆ, ਉਹ ਭੀੜ ਨਾਲ ਖੜ੍ਹੇ ਹੋਏ ਲੋਕ ਜਿਹੜੇ ਉਹਨਾਂ ਨੂੰ ਤੋੜ ਕੇ ਵਿਚਾਰ ਨਾਲ ਲਿਆਵਾਂਗੇ, ਹੌਲੀ ਹੌਲੀ ਆ ਜਾਣਗੇ। ਜਦੋਂ ਸਮਝ ਆਊ, ਸਮੱਤ ਆਊ, ਉਹ ਸਮੱਤ ਹੌਲੀ ਹੌਲੀ ਆਉਂਦੀ ਹੁੰਦੀ ਆ। ਮਤਲਬ ਜੇ ਬਾਣੀ ਪੜ੍ਹ ਕੇ ਗੁਰੂ ਨਾਲ ਜੁੜੀਏ ਫਿਰ ਸਮੱਤ ਆਉਂਦੀ ਆ, ਸਮੱਤ ਆ ਜੂਗੀ ਉਦੋਂ ਫਿਰ ਚੋਣ ਨਿਸ਼ਾਨਾਂ ਨਾਲ ਟੁੱਟ ਕੇ ਲੋਕ ਵਿਚਾਰ ਨਾਲ ਜੁੜ ਜਾਣਗੇ ਹੌਲੀ। ਮਿੰਨੀ ਚੋਣਾਂ ਤੱਕ ਲੱਗਦਾ ਵੀ ਸਮੱਤ ਆ ਜੂਗੀ ਲੋਕਾਂ ਨੂੰ, ਜਾਂ ਫਿਰ ਹਲੇ ਅਗਲੀ 27 ਤੱਕ ਸਮੱਤ ਆਉਣ ਦੀ ਲੱਗਦਾ ਤੁਹਾਨੂੰ? ਉਮੀਦ ਤਾਂ ਹੈਗੀ ਆ ਕਿ ਆਉਣੀ ਚਾਹੀਦੀ ਆ, ਬਾਕੀ ਦੇਖੋ ਜੋ ਪਰਮਾਤਮਾ ਦੀ ਮਰਜ਼ੀ ਆ, ਲੋਕਾਂ ਨੂੰ ਸਮੱਤ ਆ ਜੇ ਤਾਂ, ਜੇ ਲੋਕਾਂ ਨੂੰ ਹੀ ਸਮੱਤ ਆ ਜੇ, ਲੋਕ ਚੰਗੇ ਬੰਦਿਆਂ ਨੂੰ ਅੱਗੇ ਲਿਆਉਣ, ਫਿਰ ਆ ਮੁਸ਼ਕਿਲਾਂ ਲੋਕਾਂ ਨੂੰ ਲੜਨ ਦੀ ਲੋੜ ਨਹੀਂ। ਜਿੰਨੀ ਚੋਣਾਂ ਲਈ ਰਾਜ ਅਵੜਿੰਗ ਵਾਲੀ ਸੀਟ ਵੀ ਖਾਲੀ ਆ ਹੁਣ, ਉੱਥੇ ਮੈਂ ਸੋਚਦਾ ਕਿ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਨਾ ਵਿਚਾਰ ਕਰਨੀ ਚਾਹੀਦੀ, ਅਤੇ ਇੱਕ ਬੰਦਾ ਉਤਾਰਨਾ ਚਾਹੀਦਾ, ਆਪਸ 'ਚ ਨਹੀਂ ਭਿੜਨਾ ਚਾਹੀਦਾ, ਇਕੱਠੇ ਹੋ ਕੇ ਇੱਕ ਜਿਹੜਾ ਸੂਝਵਾਨ ਕੋਈ ਸਿਆਣਾ ਜਿਹੜਾ ਲੜਾਈ ਦੇਣ ਵਾਲਾ, ਲੜਾਈ ਲੜ ਸਕਦਾ, ਲੜਾਈ ਜਿੱਤਣ ਵਾਲਾ, ਇਸ ਤਰ੍ਹਾਂ ਹੋਣਾ ਚਾਹੀਦਾ। ਨਹੀਂ ਤਾਂ ਆਪਸ 'ਚ ਲੜਨ ਦਾ, ਆਪਸ 'ਚ ਇੱਕ ਦੂਜੇ ਨਾਲ ਉੜ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਸੋ ਆਪਸ 'ਚ ਉੜ ਜੀ ਜਾਂਦੇ ਨੇ। ਜੇ ਇਕੱਠੇ ਹੋ ਕੇ ਚੱਲਾਂਗੇ ਤਾਂ ਲੜਾਈ ਜਿੱਤਾਂਗੇ। ਤੁਸੀਂ ਉਤਰ ਰਹੇ ਹੋ ਜਿੰਨੀ ਚੋਣਾਂ 'ਚ, ਜਾਂ ਫਿਰ ਹੁਣ ਅੱਗੇ ਦੇਖੋਗੇ? ਨਹੀਂ, ਸਲਾਹ ਕਰਾਂਗੇ ਨਾ ਸਾਰਿਆਂ ਨਾਲ, ਇਕੱਠੇ ਹੋ ਕੇ, ਮੈਂ ਉਹੀ ਤਾਂ ਕਹਿੰਦਾ, ਇਕੱਠੇ ਹੋਵਾਂਗੇ। ਜਿਹੜੇ ਪੰਥਕ ਏਕਤਾ ਦਾ ਚਾਹੁੰਦੇ ਨੇ, ਰਾਹ ਖੁੱਲ੍ਹਾ ਹੈ ਵੀ ਪੰਥਕ ਏਕਤਾ ਕਰੀਏ, ਇੱਕ ਬੰਦਾ ਹੋਵੇ, ਕੋਈ ਵੀ ਹੋਵੇ, ਜ਼ਰੂਰੀ ਨਹੀਂ ਕਮਲਜੀਤ ਸਿੰਘ ਬਰਾੜੋ, ਕੋਈ ਹੋਰ ਹੋਊਗਾ ਕਮਲਜੀਤ ਸਿੰਘ ਬਰਾੜੋ ਦੇ ਲਈ ਵੀ ਪ੍ਰਚਾਰ ਕਰੂਗਾ ਪਿੰਡਾਂ ਜਾ ਕੇ। ਉੱਥੇ ਆਪਣੇ ਬਹੁਤ ਸਾਰੇ ਮਿੱਤਰ ਨੇ, ਚੰਗੇ ਨੇ, ਪਿਆਰ ਕਰਨ ਵਾਲੇ ਨੇ, ਗਿੱਦੜ ਵਹਿਚ ਨੌਜਵਾਨ, ਉਹ ਤਾਂ ਅੱਜ ਵੀ ਸੱਦੇ ਹੋਗੇ, ਅੱਜ ਤੁਸੀਂ ਆਓ ਸਾਡੇ ਕੋਲ, ਜਿਹਦੇ 'ਤੇ ਹਾਮੀ ਭਰਨਗੇ, ਸਾਰੀ ਜਥੇਬੰਦੀਆਂ ਇਕੱਠੀਆਂ ਹੋਣਗੀਆਂ, ਉਹਦੇ ਨਾਲ ਆਪਾਂ ਸਾਰੇ ਖੜਾਂਗੇ। ਕਮਲਜੀਤ ਹੋਊਗਾ ਤਾਂ ਕਮਲਜੀਤ ਨਾਲ ਸਾਰੇ ਖੜਨਗੇ, ਜੇ ਕਮਲਜੀਤ ਸਿੰਘ ਨਹੀਂ ਹੋਊਗਾ ਤਾਂ ਕਮਲਜੀਤ ਸਿੰਘ ਸਾਰਿਆਂ ਨਾਲ ਖੜੂਗਾ। ਵੋਟਾਂ ਕਈ ਵਾਰ ਲੋਕਾਂ ਦੇ ਵਹਿਣ 'ਚ ਵੀ ਪਾ ਜਾਂਦੇ ਹੁੰਦੇ ਆ, ਹੁਣ 42,000 ਲੋਕ ਉਹ ਇਸ ਮੁੱਦੇ 'ਤੇ ਆ ਸਕਣਗੇ ਜਿਨ੍ਹਾਂ ਨੇ ਵੋਟ ਪਾਈ ਆ, ਉਹ ਪੱਕੇ ਤੌਰ 'ਤੇ ਜੁੜੇ ਆ, ਜਾਂ ਹਵਾ ਦੇ ਵਿੱਚ ਵੀ ਕਈ ਵਾਰ ਕਹਿੰਦੇ ਵੋਟਾਂ ਪੈ ਜਾਂਦੀਆਂ? ਹਵਾ 'ਚ ਆਪਣੇ ਕੋਲ ਦੇਣ ਨੂੰ ਕਿਸੀ, ਨਾ ਆਪਣੇ ਕੋਲ ਨਸ਼ਾ ਸੀ, ਨਾ ਆਪਣੇ ਕੋਲ ਪੈਸਾ ਸੀ, ਆਪਾਂ ਸਟੇਜ ਤੋਂ ਐਲਾਨ ਕਰਤਾ ਸੀ ਵੀ ਅਸੀਂ ਨਸ਼ਾ ਨਹੀਂ ਮੰਡਣਾ ਭਾਈ, ਸਾਨੂੰ ਨਾ ਵੋਟ ਪਾਇਓ, ਜਿਹੜਾ ਨਸ਼ਾ ਮੰਗਦਾ ਸ਼ੁੱਧ ਤਾਂ ਵੋਟ ਪਈ ਆ, ਸਾਰੀ ਵਿਚਾਰ ਵਾਲੀ ਵੋਟ ਪਈ ਆ, ਅਤੇ ਉਹ ਖੜ੍ਹੇ ਨੇ ਲੋਕ। ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਲੋਕ ਤੁਹਾਡੇ ਨਾਲ ਸੜਕਾਂ 'ਤੇ ਬੈਠਣ, ਕੁਛ ਕੰਮਕਾਰ ਵਾਲੇ ਹੁੰਦੇ ਨੇ, ਕੁਛ ਮਜ਼ਬੂਰ ਲੋਕ ਹੁੰਦੇ ਨੇ, ਪੇਸ਼ਾ ਨੌਕਰੀ ਪੇਸ਼ੇ ਵਾਲੇ ਹੁੰਦੇ ਨੇ, ਅਤੇ ਕੁਛ ਬੀਬੀਆਂ ਭੈਣਾਂ ਵੀ ਨੇ, ਅਤੇ ਨੌਜਵਾਨ ਬਹੁਤ ਵੱਡੀ ਗਿਣਤੀ 'ਚ ਨੇ। ਮੈਂ ਪਿੰਡਾਂ 'ਚ ਧੰਨਵਾਦ ਦੌਰਾ ਸ਼ੁਰੂ ਕੀਤਾ ਹੈ, ਅਤੇ ਪਿੰਡਾਂ ਦੇ ਵਿੱਚ ਪੂਰਾ ਉਨਾ ਹੀ ਹੁੰਗਾਰਾ ਮਿਲ ਰਿਹਾ, ਜਿੰਨਾ ਵੋਟਾਂ ਪੈਣ ਤੋਂ ਪਹਿਲਾਂ ਲੋਕਾਂ ਨੂੰ ਉਮੀਦ ਸੀ ਕਿ ਜਿੱਤੂਗਾ, ਉਨਾ ਹੀ ਲੋਕ ਹੁਣ ਧੰਨਵਾਦ ਵਾਲੇ ਦੌਰ ਦੇ ਵਿੱਚ ਇਕੱਠੇ ਹੁੰਦੇ ਨੇ। ਤਾਂ ਕੋਈ ਗੱਲ ਨਹੀਂ, ਜਿੰਨੇ ਵੀ ਹੋਣਗੇ ਅਸੀਂ ਇਸ ਪਾਸੇ ਨੂੰ ਜੋੜਾਂਗੇ, ਸਾਡਾ ਤਾਂ ਫਰਜ਼ ਬਣਦਾ ਨਾ, ਸਾਡੀ ਲੜਾਈ ਹੈ ਇਹ, ਅਸੀਂ ਲੜਾਈ ਲੜਾਂਗੇ ਹਕੂਮਤ ਨਾਲ, ਸਾਡੇ ਬਾਬੇ ਲੜਦੇ ਆ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਰੀ, ਅਤੇ ਅਸੀਂ ਵੀ ਲੜਾਂਗੇ ਇੱਕ ਡਾਕੇ। ਸੋ ਬਿਲਕੁਲ ਲੜਾਈ ਜਾਰੀ ਹੈ, ਅਤੇ ਲੜਾਈ ਇਸ ਸਮੇਂ ਇਹ ਲੁਧਿਆਣਾ ਦੇ ਉਸ ਥਾਂ ਦੇ ਉੱਤੇ ਵਿੱਢੀ ਗਈ ਹੈ ਜਿੱਥੇ ਕਿ ਸਤਲੁਜ ਦੇ ਵਿੱਚ ਆ ਕੇ ਬੁੱਢਾ ਦਰਿਆ ਮਿਲਦਾ ਅਤੇ ਹਾਲਾਤ ਕੁਝ ਅਜਿਹੇ ਹੋ ਜਾਂਦੇ ਆ। ਸੋ ਇਸ ਲੜਾਈ ਦੇ ਲਈ ਅੱਗੇ ਤਰੀਕਾਂ ਵੀ ਮਿਥ ਲਈਆਂ ਗਈਆਂ। 15 ਅਗਸਤ ਨੂੰ ਜਿੱਥੇ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ, ਉਸ ਦੇ ਨਾਲ ਹੀ 15 ਸਤੰਬਰ ਨੂੰ ਫਿਰ
ਫੁੱਲ ਐਂਡ ਫਾਈਨਲ ਜਿਹੜੀ ਗੱਲ ਹੈਗੀ ਹੈ ਉਸਨੂੰ ਕਰਨ ਦੀ ਵੀ ਗੱਲ ਆਖੀ ਗਈ ਹੈ ਕਿ ਫਿਰ ਪੂਰਾ ਬੰਨ ਲਾਇਆ ਜਾਵੇਗਾ। ਪਰ ਇਸ ਤੋਂ ਪਹਿਲਾਂ ਕੀ ਸਰਕਾਰ ਇਹਨਾਂ ਗੱਲਾਂ ਨੂੰ ਸਮਝਦੀ ਹੈ, ਸਰਕਾਰ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਦੀ ਹੈ ਕਿ ਇਸ ਮਸਲੇ ਦਾ ਹੱਲ ਪਹਿਲਾਂ ਹੀ ਹੁੰਦਾ ਹੈ, ਜਾਂ ਫਿਰ ਉਹ ਦਿਨ ਦੇਖਣਾ ਹੀ ਪਵੇਗਾ ਜਦੋਂ ਲੋਕਾਂ ਨੂੰ ਇਕੱਠੇ ਹੋ ਕੇ ਇਸ ਨਾਲੇ ਦੇ ਉੱਤੇ, ਇਸ ਦਰਿਆ ਦੇ ਉੱਤੇ ਬੰਨ ਲਾਉਣਾ ਪਵੇਗਾ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।